ਦੋ ਭਰਾ ਮਨ ਮੇਰੇ ਨਾਲ ਧੱਕਾ ਕੀਤਾ ਹੋਇਆ ਗਾ ਸਰੀਰਕ ਸੰਬੰਧ ਬਣਾਏ ਹੋਏ ਹੈਗੇ ਧੱਕੇ ਨਾਲ ਅਤੇ ਮੈਨੂੰ ਧਮਕੀ ਦਿੱਤੀ ਹੋਈ ਹੈ ਵੀ ਤੇਰੇ ਭਰਾ ਨੂੰ ਮਾਰ ਦਿੱਤਾ ਜਾਵੇਗਾ ਜੇ ਤੂੰ ਕੋਈ ਵੀ ਗੱਲ ਆਪਣੇ ਘਰਦਿਆਂ ਨੂੰ ਦੱਸੀ। ਪਹਿਲੀ ਵਾਰੀ ਜਿੱਤੇ ਤੋਂ ਪਹਿਲਾਂ ਪਹਿਲਾਂ ਵੀ ਧਮਕੀ ਦੇ ਕੇ ਕਰਵਾਇਆ ਗਿਆ ਵੀ ਤੇਰੇ ਭਰਾ ਨੂੰ ਮਾਰ ਦਿੱਤਾ ਜਾਊਗਾ ਜੇ ਤੂੰ ਸਾਡੇ ਨਾਲ ਸਰੀਰਕ ਸੰਬੰਧ ਨਾ ਬਣਾਈ ਤਾਂ। ਹਾਂਜੀ, ਪਹਿਲਾਂ ਕਿੰਨੀ ਵਾਰੀ ਬਣੇ? ਪਹਿਲਾਂ 8-9 ਵਾਰੀ ਬਣਾ ਚੁੱਕੇ। ਚਿੱਟੇ ਵਾਲਿਆਂ ਦੇ ਘਰ ਵੀ ਲਿਜਾਇਆ ਗਿਆ ਮੈਨੂੰ, ਉਹਨਾਂ ਦੇ ਘਰ ਕਿਹਾ ਵੀ ਕਿਸੇ ਨੂੰ ਕੁਛ ਨਹੀਂ ਦੱਸਣਾ ਵੀ ਅਸੀਂ ਕੌਣ ਲੱਗਦੇ ਹਾਂ ਤੇਰੇ ਕੌਣ ਆ, ਬਸ ਇਕੱਲਾ ਐਂ ਕਹਿਣਾ ਵੀ ਅਸੀਂ ਤੈਨੂੰ ਕੰਮ 'ਤੇ ਲਵਾਇਆ ਅਤੇ ਤੂੰ ਚਿੱਟੇ ਦਾ ਕੰਮ ਕਰਨ ਲੱਗ ਜਾ, ਚਿੱਟਾ ਵੇਚਣ ਲੱਗ ਜਾ ਸਾਡੇ ਨਾਲ। ਵੀ ਸਾਡੇ ਪਿੱਛੇ ਤਾਂ MLA ਹੈਗਾ, ਸਾਡੀ MLA ਸੁਣਦਾ ਗਾ ਵੀ ਸਾਨੂੰ ਤਾਂ ਉਹ ਕਢਵਾ ਲੂਗਾ ਵੀ ਤੁਸੀਂ ਫਸ ਜਾਓਗੇ ਵੀ ਤੇਰਾ ਭਰਾ ਮਰਵਾਇਆ ਜਾਊਗਾ ਜੇ ਤੂੰ ਕਿਸੇ ਨੂੰ ਵੀ ਕੁਛ ਦੱਸਿਆ। ਇਹ ਗੱਲ ਇਹਨਾਂ ਦੋਨਾਂ ਭਰਾਵਾਂ ਦੇ ਨਾਂ, ਇੱਕ ਅੰਮ੍ਰਿਤਪਾਲ ਸਿੰਘ ਹੈ, ਇੱਕ ਧਰਮਿੰਦਰ ਸਿੰਘ ਹੈ। ਤੁਹਾਨੂੰ ਬੁਲਾਇਆ ਸੀ ਜਾਂ ਤੁਹਾਨੂੰ ਜਾਣਦੇ ਸੀ ਕੀ? ਬੁਲਾਇਆ ਹੋਇਆ ਸੀਗਾ ਜੀ ਕਾਲ ਕਰਕੇ। ਜਾਣਦੇ ਸੀ? ਹਾਂਜੀ। ਕਿਵੇਂ ਜਾਣਦੇ ਸੀ? ਮਤਲਬ ਪਿੰਡ 'ਚ ਸੀਗੇ, ਚਾਚੇ ਤਾਏ ਲੱਗਦੇ ਸੀਗੇ। SHO ਮੈਮ ਕੋਲ ਮੈਂ ਦਰਖਾਸਤ ਦਿੱਤੀ ਹੋਈ ਸੀ, ਮੈਮ ਕੋਈ ਮਤਲਬ ਇੱਕ ਭਰਾ ਨੂੰ ਕੱਢ ਰਹੇ ਹੈਗੇ ਗੱਲ ਵਿੱਚ, ਇੱਕ ਨੂੰ ਰੱਖ ਰਹੇ ਹੈਗੇ ਅਤੇ ਕੁੱਟਮਾਰ ਕੀਤੀ SHO ਮੈਮ ਨੇ, ਉਹਨਾਂ ਨੂੰ ਕੁਛ ਨਹੀਂ ਕਿਹਾ, ਮੈਨੂੰ ਕੁੱਟਿਆ ਮਾਰਿਆ ਮੈਮ ਨੇ। ਹਾਂਜੀ ਕੁੱਟਿਆ ਮਾਰਿਆ, ਉਹਨਾਂ ਨੂੰ ਕੁਛ ਨਹੀਂ ਕਿਹਾ ਕੀਤਾ। ਉਹਨੂੰ ਕਿਉਂ ਕੁੱਟਿਆ? ਪਤਾ ਨਹੀਂ ਵੀ ਉਹਨਾਂ ਨੂੰ ਕੁੱਟਿਆ ਮਾਰਿਆ। ਤੁਸੀਂ ਜੀ ਪੈਸੇ ਲਏ ਸੀ ਉਹਨਾਂ ਤੋਂ? ਕੁੱਟਿਆ ਥੱਲੇ, ਮਤਲਬ ਕੁੱਟਿਆ ਮਧੋਲਿਆ। ਹਾਂਜੀ ਅਤੇ ਗਾਲਾਂ ਵੀ ਕੱਢੀਆਂ ਮੈਨੂੰ ਬਹੁਤ ਸਾਰੀਆਂ ਕੁੱਤੀ ਦੀਆਂ, ਬਥੇਰੀ ਗਾਲਾਂ ਗੰਦੀਆਂ ਕੱਢੀਆਂ ਮੈਨੂੰ। ਨਹੀਂ ਜਿਹਦਾ ਜਿੰਨਾ ਰੋਲ ਆ ਉਹਨਾਂ ਵਿੱਚ ਹੀ ਰੱਖਿਆ, ਥੋੜੀ ਰੋਲ ਜਿਹਦਾ ਜੋ ਰੋਲ ਆ ਵਿੱਚ ਰਹੂਗਾ, ਐਂ ਕਿਵੇਂ ਹੋਊਗਾ? ਨਹੀਂ ਠੀਕ ਹੈ, ਮਤਲਬ ਤੁਹਾਡੇ ਮੁਤਾਬਕ ਕਾਰਵਾਈ ਸਹੀ ਹੋਈ ਹੈ? ਬਿਲਕੁਲ, ਬਿਆਨ ਦੇਣ ਤਾਂ ਉਹ ਹੁੰਦੀ ਸੀ ਨਾ, ਜੋ ਉਹਨੇ ਬਿਆਨ ਲਗਾਇਆ ਪਾਸ ਹੈ, ਥੋੜੀ ਨੌਬ ਬੜੀ ਹੈਗੀ ਹੈ ਉਹਦੇ। ਪੁਲਿਸ ਨੇ ਪਰਚਾ ਦਰਜ ਤਾਂ ਕਰ ਦਿੱਤਾ ਜੀ? ਪੁਲਿਸ ਨੇ ਪਰਚਾ ਦਰਜ ਕੀਤਾ ਜੀ, ਇੱਕ 'ਤੇ ਕੀਤਾ, ਇੱਕ 'ਤੇ ਕੀਤਾ, ਇੱਕ 'ਤੇ ਕੀਤਾ ਨਹੀਂ ਜੀ, ਮੈਂ ਦੋਨਾਂ 'ਤੇ ਕਰਾਉਣਾ ਚਾਹੁੰਦੀ ਹਾਂ, ਦੋਨਾਂ ਨੇ ਮੇਰੀ ਧੀ ਦੀ ਪੱਟੀ ਮਿਸ ਕੀਤੀ ਹੈ ਜੀ। ਮੈਡਮ ਨੇ ਇਹਨਾਂ ਦੇ ਪੱਖ ਦੀ ਗੱਲ ਕੀਤੀ, ਰਾਜ਼ੀਨਾਮਾ ਕਰਾ ਲਿਆ, ਮੈਨੂੰ ਦੱਸਿਆ ਨਹੀਂ, ਮੈਥੋਂ ਸਾਈਨ ਕਰਾ ਲਏ, ਮੈਂ ਅਨਪੜ੍ਹ ਸੀ, ਮੈਥੋਂ ਅੰਗੂਠਾ ਲਵਾ ਲਿਆ, ਮੇਰੇ ਬੇਟੇ ਤੋਂ ਸਾਈਨ ਕਰਾ ਲਏ, ਮੈਥੋਂ ਅੰਗੂਠਾ ਲਵਾ ਲਿਆ, ਮੈਨੂੰ ਇਹ ਨਹੀਂ ਦੱਸਿਆ ਮੈਡਮ ਨੇ ਵੀ ਤੁਸੀਂ, ਮੈਂ ਰਾਜ਼ੀਨਾਮਾ ਕਰਦੀ ਹਾਂ, ਰਾਜ਼ੀਨਾਮੇ ਦਾ ਬਿਲਕੁਲ ਇਹਨਾਂ ਨੇ ਨਾਂ ਨਹੀਂ ਲਿਆ ਗਾ ਜੀ। ਉਹਨਾਂ ਦੇ ਪੱਖ ਦੀ ਗੱਲ ਕੀਤੀ, ਸਾਡੀ ਗੱਲ ਕੀਤੀ, ਉਹ ਪੈਸੇ ਵਾਲੇ ਸੀ, ਮੈਂ ਗਰੀਬ ਸੀ, 4-5 ਮੇਰੇ ਧੀਆਂ, 1 ਮੇਰੇ ਬੇਟਾ, 3-4 ਦਿਨ ਹੋ ਗਏ ਸਾਨੂੰ ਭੁੱਖੇ ਤੇ ਆਈ ਮਰਦਿਆਂ ਨੂੰ, ਸਾਡੀ ਕੋਈ ਇਹਨਾਂ ਨੇ ਗੱਲ ਨਹੀਂ ਸੁਣੀ ਗੀ, ਮੇਰੀ ਧੀ ਦੀ ਇੱਜ਼ਤ ਦੀ ਮਿੱਟੀ ਰੋਲ ਛੱਡੀ ਇਹਨਾਂ ਨੇ। ਜਦੋਂ ਆਉਂਦੇ ਮੈਮ ਅਸੀਂ ਥਾਣੇ 'ਚ ਵੜਦੇ ਹਾਂ, ਮੈਮ ਥਾਣੇ 'ਚੋਂ ਬਾਹਰ ਹੋ ਜਾਂਦੇ ਆ, ਨਹੀਂ ਕਰ ਰਹੇ। ਹਾਂਜੀ ਸੁਣਵਾਈ ਨਹੀਂ ਕਰ ਰਹੀ, ਕੋਈ ਨਹੀਂ, ਕੋਈ ਸੁਣਵਾਈ ਨਹੀਂ ਜੀ ਸਾਡੀ, ਸਾਨੂੰ ਕਿੰਨੇ ਦਿਨ ਹੋ ਗਏ ਜੀ ਇੱਥੇ ਬਹਿੰਦਿਆਂ ਨੂੰ, ਮੈਡਮ ਨੇ ਸਾਡੀ ਕੋਈ ਸੁਣਵਾਈ ਨਹੀਂ ਕਰੀ, ਉੱਤੋਂ ਕੁੜੀ ਨੂੰ ਧਮਕਾ ਰਹੀ ਹੈ ਜੀ। ਇਮਾਨਦਾਰ ਬਹੁਤ ਹੈ ਨਾ, ਜਮਾਂ ਨਹੀਂ ਇਮਾਨਦਾਰ, ਇਹ ਧੱਕਾਸ਼ਾਹੀ ਕਰਵਾਉਂਦੀ ਹੈ ਗਰੀਬਾਂ ਨਾਲ, ਜਿੰਨਾ ਵੀ ਕਰਵਾਉਂਦੀ ਨਾ ਹੱਦੋਂ ਜ਼ਿਆਦਾ ਕਰਵਾਉਂਦੀ, ਮੇਰੇ ਕੋਲ ਐਪਲੀਕੇਸ਼ਨਾਂ ਪਈਆਂ, ਮੇਰੇ ਕੋਲ ਵੀਡੀਓ ਪਈਆਂ, ਰਿਕਾਰਡਿੰਗਾਂ ਪਈਆਂ ਜਿੰਨੀਆਂ ਸਾਨੂੰ ਧਮਕੀਆਂ ਦਿੱਤੀਆਂ ਸੀ ਇਹਨਾਂ ਨੇ। SHO ਨੇ ਕੁਛ ਵੀ ਨਹੀਂ ਕੀਤਾ ਸੀਗਾ, ਅਸਲ 'ਚ ਸਾਨੂੰ ਧਮਕੀਆਂ ਦਿੰਦੀ ਰਹਿੰਦੀ ਸੀਗੀ, ਮੈਂ ਤੁਹਾਡੀਆਂ ਚੱਪਲਾਂ ਵਿਖਾ ਦੂੰ, ਮੈਂ ਐਂ ਕਰਾ ਦੂੰਗੀ, ਇਹ SHO ਨਾ ਇੱਥੋਂ SHO ਬਦਲਣੀ ਚਾਹੀਦੀ ਆ ਅਕਸਰ 'ਚ, ਗਰੀਬਾਂ ਲਈ ਇਹ ਜਮਾਂ ਵੀ ਨਹੀਂ ਕੁਛ ਕਰ ਸਕਦੀ। ਸਤਿ ਸ਼੍ਰੀ ਅਕਾਲ ਜੀ, ਲੋਕ ਆਵਾਜ਼ TV ਦੇਖ ਰਹੇ ਹੋ ਤੁਸੀਂ, ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਇਸ ਵਕਤ ਅਸੀਂ ਨਈਆਂ ਵਾਲਾ ਥਾਣਾ, ਜ਼ਿਲ੍ਹਾ ਬਠਿੰਡਾ ਦਾ ਥਾਣਾ ਨਈਆਂ ਵਾਲਾ, ਉਹਦੇ ਅੱਗੇ ਖੜ੍ਹੇ ਹਾਂ ਜਿੱਥੇ ਇੱਕ ਸਾਡੇ ਨਾਲ ਬੱਚੀ ਹੈ, ਉਹਦੇ ਨਾਲ ਰੇਪ ਹੋਇਆ, ਜਿਸ ਬੱਚੀ ਨਾਬਾਲਗ ਹੈ, ਇਸ ਕਰਕੇ ਨਾ ਤਾਂ ਅਸੀਂ ਉਹਦਾ ਨਾਮ ਦੱਸਾਂਗੇ ਨਾ ਕੋਈ ਉਹਦੀ ਆਈਡੈਂਟੀ ਦੱਸਾਂਗੇ। ਜੋ ਘਟਨਾ ਵਾਪਰੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਲੜਕੀ ਦਾ ਇਹ ਦੋਸ਼ ਹੈ ਕਿ FIR ਜ਼ਰੂਰ ਪੁਲਿਸ ਨੇ ਦਰਜ ਕੀਤੀ ਹੈ, ਪਰ ਮੇਰੇ ਨਾਲ ਦੋ ਜਣਿਆਂ ਨੇ ਇਹ ਰੇਪ ਕੀਤਾ, ਪਰ ਪੁਲਿਸ ਨੇ ਸਿਰਫ ਇੱਕ ਉੱਤੇ ਪਰਚਾ ਦਰਜ ਕੀਤਾ। ਦੋ ਸਕੇ ਭਰਾਵਾਂ ਨੇ ਰੇਪ ਕੀਤਾ, ਪੁਲਿਸ ਨੇ ਇੱਕ 'ਤੇ ਪਰਚਾ ਦਰਜ ਕੀਤਾ, ਉਹਨੂੰ ਬਚਾ ਰਹੀ ਹੈ ਪੁਲਿਸ। ਸਾਰੀ ਗੱਲਬਾਤ ਗੁੜੀਆ ਤੋਂ ਪੁੱਛਾਂਗੇ ਕੀ ਗੱਲਬਾਤ ਹੈ। ਗੁੜੀਆ, ਕੀ ਗੱਲਬਾਤ ਹੋਈ ਸੀ ਬੇਟੇ? ਸਾਰੀ ਦੋ ਭਰਾਵਾਂ ਨੇ ਮੇਰੇ ਨਾਲ ਧੱਕਾ ਕੀਤਾ ਹੋਇਆ ਗਾ, ਸਰੀਰਕ ਸੰਬੰਧ ਬਣਾਏ ਹੋਏ ਹੈਗੇ ਧੱਕੇ ਨਾਲ, ਅਤੇ ਮੈਨੂੰ ਧਮਕੀ ਦਿੱਤੀ ਹੋਈ ਹੈ ਵੀ ਤੇਰੇ ਭਰਾ ਨੂੰ ਮਾਰ ਦਿੱਤਾ ਜਾਵੇਗਾ ਜੇ ਤੂੰ ਕੋਈ ਵੀ ਗੱਲ ਆਪਣੇ ਘਰਦਿਆਂ ਨੂੰ ਦੱਸੀ, ਅਤੇ SHO ਮੈਮ ਕੋਲ ਮੈਂ ਦਰਖਾਸਤ ਦਿੱਤੀ ਹੋਈ ਸੀ, ਮੈਮ ਕੋਈ ਮਤਲਬ ਇੱਕ ਭਰਾ ਨੂੰ ਕੱਢ ਰਹੇ ਹੈਗੇ ਗੱਲ ਵਿੱਚ, ਇੱਕ ਨੂੰ ਰੱਖ ਰਹੇ ਹੈਗੇ। ਹਾਂਜੀ ਭੈਣੇ, ਮਤਲਬ ਤੁਹਾਨੂੰ ਮਤਲਬ ਕਿੱਥੇ ਘਟਨਾ ਵਾਪਰੀ ਹੈ? ਇਹ ਬਲਾੜ ਮੈਮਾ ਵਿਖੇ ਘਟਨਾ ਵਾਪਰੀ ਹੋਈ ਹੈ ਜੀ। ਤੁਹਾਨੂੰ ਲੈ ਕੇ ਗਏ ਸੀ? ਹਾਂਜੀ ਲੈ ਕੇ ਗਏ ਹੋਏ ਸੀਗੇ। ਠੀਕ ਹੈ, ਮਤਲਬ ਤੁਹਾਨੂੰ ਬੁਲਾਇਆ ਸੀ ਜਾਂ ਤੁਹਾਨੂੰ ਜਾਣਦੇ ਸੀ ਕੀ ਸੀ? ਬੁਲਾਇਆ ਹੋਇਆ ਸੀਗਾ ਜੀ ਕਾਲ ਕਰਕੇ। ਠੀਕ ਹੈ, ਤੁਹਾਨੂੰ ਜਾਣਦੇ ਸੀ? ਹਾਂਜੀ। ਕਿਵੇਂ ਜਾਣਦੇ ਸੀ? ਮਤਲਬ ਪਿੰਡ 'ਚ ਸੀਗੇ, ਚਾਚੇ ਤਾਏ ਲੱਗਦੇ ਸੀਗੇ ਜੀ। ਚਾਚੇ ਤਾਏ? ਹਾਂਜੀ। ਤੁਹਾਡੀ ਪਹਿਲਾਂ ਉਹਨਾਂ ਨਾਲ ਕੋਈ ਫਰੈਂਡਸ਼ਿਪ ਸੀ? ਨਹੀਂ ਜੀ, ਮਤਲਬ ਧਮਕੀ ਦੇ ਰੱਖੇ ਸੀ ਤੇਰੇ ਬ੍ਰਦਰ ਨੂੰ ਮਾਰ ਦਾਂਗੇ ਅਸੀਂ ਜੇ ਕੋਈ ਸਰੀਰਕ ਸੰਬੰਧ ਸਾਡੇ ਦੋਵਾਂ ਭਰਾਵਾਂ ਨਾਲ ਨਾ ਵੜਿਆ ਤੂੰ। ਤੇ ਫਿਰ ਤੁਹਾਨੂੰ ਤੁਹਾਨੂੰ ਲਿਜਾਇਆ ਗਿਆ ਉੱਥੇ? ਹਾਂਜੀ ਲਿਜਾਇਆ ਗਿਆ। ਕਿੱਥੇ ਲਿਜਾਇਆ ਗਿਆ? ਮਤਲਬ ਇੰਨਾ ਮਤਲਬ ਰਾਹ ਕਿਹੜਾ ਹਨੇਰਾ ਹੁੰਦਾ ਸੀ, ਮਤਲਬ ਯਾਦ ਨਹੀਂ ਗਾ। ਨਹੀਂ ਤੁਹਾਨੂੰ ਯਾਦ?
ਉੱਥੇ ਲੈ ਜਾ ਕੇ ਫਿਰ ਮਤਲਬ ਤੁਹਾਡੇ ਨਾਲ ਜ਼ਬਰਦਸਤੀ ਕੀਤੀ? ਹਾਂਜੀ, ਸਰੀਰਕ ਸੰਬੰਧ ਬਣਾਏ ਗਏ, ਫਿਰ ਆਪਣੀ ਭੈਣ ਕੋਲ ਛੱਡ ਦਿੰਦੇ ਸੀਗੇ, ਇੱਕ ਵਾਰ ਆਪਦੀ ਭੈਣ ਕੋਲ ਛੱਡਿਆ ਹੋਇਆ ਭੋਕੜੇ। ਹਾਂਜੀ, ਤੇ ਆਪਣਾ ਦੋ ਜਣਿਆਂ ਨੇ ਬਣਾਏ? ਹਾਂਜੀ, ਦੋ ਜਣਿਆਂ ਨੇ ਬਣਾਏ ਹੋਏ ਆ। ਹੁਣ ਕੀ ਪੁਲਿਸ ਕੀ ਕਹਿ ਰਹੀ ਹੈ? ਪੁਲਿਸ ਕੋਈ ਮਤਲਬ ਸੁਣਵਾਈ ਨਹੀਂ ਕਰ ਰਹੀ ਮੇਰੀ, ਵੀ ਮਤਲਬ ਉਹਨਾਂ ਦਾ ਪੱਖ ਲੈ ਰਹੀ ਹੈਗੀ। ਹਾਂਜੀ, ਤੁਹਾਡੇ ਮਾਤਾ? ਹਾਂਜੀ। ਕੀ ਗੱਲਬਾਤ ਆ ਮਾਤਾ? ਸਾਰੀ ਸਰ ਮੇਰੀ ਬੇਟੀ ਨਾਲ ਧੱਕਾ ਛਾਈ ਹੋਈ ਆ, ਮੇਰੀ ਕੋਈ ਹੱਥ ਬੰਨ ਕੇ ਬੇਨਤੀ ਕਰਦੀ ਹਾਂ, ਮੇਰੀ ਪੁਲਿਸ ਨੇ ਕੋਈ ਮੇਰੀ ਗੱਲਬਾਤ ਨਹੀਂ ਸੁਣੀ, ਮੈਂ ਬਹੁਤ ਆਪਦਾ ਰੋ ਪੱਟ ਕੇ ਜਾਂਦੀ ਹਾਂ ਵੀ ਮੇਰੀ ਗੱਲ ਦੀ ਤੁਸੀਂ ਉੱਤਾ ਬਚੋ। ਇਹ ਕੋਈ 3-4 ਦਿਨ ਹੋ ਗਏ ਸਾਨੂੰ ਭੁੱਖੇ ਤੇ, ਅਸੀਂ ਮਰਦਿਆਂ ਨੂੰ ਸਾਡੀ ਕੋਈ ਇਹਨਾਂ ਨੇ ਗੱਲ ਨਹੀਂ ਸੁਣੀ ਗੀ। ਮੇਰੀ ਧੀ ਦੀ ਇੱਜ਼ਤ ਦੀ ਮਿੱਟੀ ਰੋਲ ਛੱਡੀ ਇਹਨਾਂ ਨੇ, ਮੇਰੀ ਧੀ ਦੀ ਕੋਈ ਇਹਨਾਂ ਨੇ ਇੱਜ਼ਤ ਦਾ ਮੁੱਲ ਨਹੀਂ ਮੋੜਿਆ ਗਾ। ਹਾਂਜੀ, ਨਹੀਂ ਮਤਲਬ ਪੁਲਿਸ ਨੇ ਪਰਚਾ ਦਰਜ ਤਾਂ ਕਰ ਦਿੱਤਾ ਜੀ? ਪੁਲਿਸ ਨੇ ਪਰਚਾ ਦਰਜ ਕੀਤਾ ਜੀ, ਇੱਕ 'ਤੇ ਕੀਤਾ ਨਹੀਂ ਜੀ, ਮੈਂ ਦੋਨਾਂ 'ਤੇ ਕਰਾਉਣਾ ਚਾਹੁੰਦੀ ਹਾਂ, ਦੋਨਾਂ ਨੇ ਮੇਰੀ ਧੀ ਦੀ ਪੱਟੀ ਮਿਸ ਕੀਤੀ ਆ ਜੀ, ਮਿੱਟੀ ਰੋਲੀ ਆ ਜੀ। ਤੁਸੀਂ ਕਹਿ ਰਹੇ ਹੋ ਦੋਨਾਂ ਨੇ? ਹਾਂ, ਦੋਨਾਂ ਨੇ ਕੀਤੀ ਆ ਜੀ। ਫਿਰ ਮੇਰੀ ਬੇਟੀ ਨੇ ਜਦੋਂ ਕਿਹਾ ਵੀ ਘਰੇ ਮੈਨੂੰ ਛੱਡ ਕੇ ਆਓ, ਘਰੇ ਛੱਡ ਕੇ ਨਹੀਂ ਆਏ, ਆਪਦੀ ਭੈਣ ਕੋਲ ਪਿੰਡ ਭੋਖੜੇ 'ਚ ਉੱਥੇ ਜਾ ਕੇ ਛੱਡਿਆ ਆ ਜੀ, ਹਨੇਰਾ ਸੀਗਾ, ਬਹੁਤ ਹੱਥੋਂ ਪਾਈ ਕੀਤੀ ਮੇਰੀ ਧੀ ਦੀ ਮਿੱਟੀ, ਇਹਨਾਂ ਨੇ ਬਹੁਤ ਬਰਾਦ ਕੀਤੀ, ਬਹੁਤ ਰੋਲੀ ਆ ਜੀ ਮੇਰੀ ਧੀ ਨੂੰ, ਬਹੁਤ ਇਹਨਾਂ ਨੇ ਬੁਰੀ ਮੰਦੀ ਹਾਲ ਕੀਤੀ ਸੀਗੀ। ਮੰਦਾ ਹਾਲ ਕੀ? ਹਾਂਜੀ, ਮਤਲਬ ਕੌਣ ਆ ਬੰਦੇ, ਕੌਣ ਆ? ਆਪਦੀ ਭੈਣ ਕੋਲੋਂ ਜੀ ਲਿਆ ਕੇ ਇਹਨਾਂ ਨੇ ਥਾਣੇ 'ਚ ਭੇਜਤੀ ਬੱਚੀ ਥਾਣੇ 'ਚ ਭੇਜ ਕੇ ਮੈਡਮ ਨੇ ਇਹਨਾਂ ਦੇ ਪੱਖ ਦੀ ਗੱਲ ਕੀਤੀ, ਰਾਜ਼ੀਨਾਮਾ ਕਰਾ ਲਿਆ, ਮੈਨੂੰ ਦੱਸਿਆ ਨਹੀਂ, ਮੈਥੋਂ ਸਾਈਨ ਕਰਾ ਲਏ, ਮੈਂ ਅਨਪੜ੍ਹ ਸੀ, ਮੈਥੋਂ ਅੰਗੂਠਾ ਲਵਾ ਲਿਆ, ਮੇਰੇ ਬੇਟੇ ਤੋਂ ਸਾਈਨ ਕਰਾ ਲਏ, ਮੈਥੋਂ ਅੰਗੂਠਾ ਲਵਾ ਲਿਆ, ਮੈਨੂੰ ਇਹ ਨਹੀਂ ਦੱਸਿਆ ਮੈਡਮ ਨੇ ਵੀ ਤੁਸੀਂ, ਮੈਂ ਰਾਜ਼ੀਨਾਮਾ ਕਰਦੀ ਹਾਂ, ਰਾਜ਼ੀਨਾਮੇ ਦਾ ਬਿਲਕੁਲ ਇਹਨਾਂ ਨੇ ਨਾਂ ਨਹੀਂ ਲਿਆ ਗਾ। ਅੱਛਾ, ਹਾਂਜੀ ਹਾਂਜੀ। ਅਤੇ ਕੁੱਟਮਾਰ ਕੀਤੀ SHO ਮੈਮ ਨੇ, ਉਹਨਾਂ ਨੂੰ ਕੁਛ ਨਹੀਂ ਕਿਹਾ, ਮੈਨੂੰ ਕੁੱਟਿਆ ਮਾਰਿਆ ਮੈਮ ਨੇ, ਮੈਨੂੰ ਜੀ SHO ਨੇ ਤੁਹਾਨੂੰ? ਹਾਂਜੀ, ਕੁੱਟਿਆ ਮਾਰਿਆ, ਉਹਨਾਂ ਨੂੰ ਕੁਛ ਨਹੀਂ ਕਿਹਾ, ਕੀਤਾ ਉਹਨੂੰ ਕਿਉਂ ਕੁੱਟਿਆ ਪਤਾ ਨਹੀਂ, ਵੀ ਉਹਨਾਂ ਨੂੰ ਕੁੱਟਿਆ ਮਾਰਿਆ ਅਸੀਂ ਜੀ, ਪੈਸੇ ਲਏ ਸੀ ਉਹਨਾਂ ਤੋਂ, ਮੇਰੀ ਬੇਟੀ ਨੂੰ ਕੁੱਟਮਾਰ ਕੀਤੀ, ਉਹਨਾਂ ਨੂੰ ਕੁਛ ਨਹੀਂ ਕਿਹਾ, ਉਹੀ ਚਿੱਕਾ ਮਰਵਾਈ ਗਏ, ਅਸੀਂ ਜਮਾਂ ਬਿਲਕੁਲ ਸਾਹਮਣੇ ਸੀ, ਇੱਕ ਚੰਡ ਵੀ ਨਹੀਂ ਲਾਇਆ, ਮੇਰੀ ਧੀ ਦਾ ਮੂੰਹ ਲਾਲ ਰਾਜ਼ੀਨਾਮਾ ਕਰਵਾ ਲਿਆ ਮੇਰੇ ਸਾਡੇ ਤੋਂ। ਹਾਂਜੀ ਹਾਂਜੀ, ਮੰਮਾ ਨੂੰ ਕੁਛ ਨਹੀਂ ਪਤਾ ਸੀ, ਮੈਨੂੰ ਵੀ ਨਹੀਂ ਪਤਾ ਸੀਗਾ, ਮੇਰੇ ਤੋਂ ਸਾਈਨ ਕਰਵਾ ਲਏ, ਮੰਮਾ ਤੋਂ ਮਤਲਬ ਅੰਗੂਠਾ ਲਵਾ ਲਿਆ, ਅਨਪੜ੍ਹ ਨੇ, ਇਹਨਾਂ ਨੂੰ ਕੁਛ ਨਹੀਂ ਪਤਾ, ਅਤੇ ਘਰ ਭੇਜ ਦਿੱਤਾ। ਮਤਲਬ ਰੇਪ ਹੋਣ ਤੋਂ ਬਾਅਦ ਤੁਹਾਡੇ ਤੋਂ ਰਾਜ਼ੀਨਾਮਾ ਵੀ ਕਰਵਾ ਲਿਆ? ਹਾਂਜੀ। ਫਿਰ ਪਰਚਾ ਕਿਵੇਂ ਦਰਜ ਹੋਇਆ? ਦੁਬਾਰਾ ਅਸੀਂ ਮਤਲਬ ਵੀ ਗਏ, ਦੁਬਾਰਾ ਬਠਿੰਡੇ ਮਹਿਲਾ ਥਾਣਾ 'ਚ ਗਏ ਹੋਏ, ਉੱਥੇ ਮਤਲਬ ਪਰਚਾ ਕੀਤਾ, ਫਿਰ ਮਤਲਬ ਇੱਥੇ ਸਾਰੀ ਗੱਲ ਹੋਈ ਇੱਦਾਂ। ਹਾਂਜੀ, SHO ਨੇ ਤੁਹਾਨੂੰ ਕੁੱਟਿਆ? ਹਾਂਜੀ, ਕੁੱਟਿਆ ਮਾਰਿਆ ਸੀ। ਕਿੰਨੀਆਂ ਮਾਰੀਆਂ ਭੈਣੇ ਤੁਹਾਡੇ? ਮਤਲਬ ਵਾਵਾ ਕੁੱਟਿਆ ਥੱਲੇ, ਮਤਲਬ ਕੁੱਟਿਆ ਮਧੋਲਿਆ। ਹਾਂਜੀ, ਕਿਉਂ ਤੁਹਾਨੂੰ ਕਾਹਤੋਂ ਕੁੱਟਿਆ? ਅਤੇ ਗਾਲਾਂ ਵੀ ਕੱਢੀਆਂ ਮੈਨੂੰ ਬਹੁਤ ਸਾਰੀਆਂ ਕੁੱਤੀ ਦੀਆਂ, ਬਥੇਰੀਆਂ ਗਾਲਾਂ ਗੰਦੀਆਂ ਕੱਢੀਆਂ ਮੈਨੂੰ। ਹਾਂਜੀ, ਕਿੰਨੀ ਗੱਲ ਕੀਤੀ ਆ ਜੀ ਉਹਨਾਂ ਦੇ ਪੱਖ ਦੀ ਗੱਲ ਕੀਤੀ, ਸਾਡੀ ਗੱਲ ਕੀਤੀ, ਉਹ ਪੈਸੇ ਵਾਲੇ ਸੀ, ਮੈਂ ਗਰੀਬ ਸੀ, 4-5 ਮੇਰੇ ਧੀਆਂ, 1 ਮੇਰਾ ਬੇਟਾ, ਸਾਡੀ ਕੋਈ ਗੱਲ ਨਹੀਂ ਸੁਣੀ ਇਹਨਾਂ ਨੇ। ਮੁੰਡੇ ਤੁਹਾਡੇ ਜਾਣਕਾਰ? ਸਾਡੇ ਵਿਹੜੇ 'ਚੋਂ ਆ ਜੀ। ਵਿਹੜੇ 'ਚੋਂ? ਹਾਂਜੀ, ਮੇਰੇ ਬੇਟੇ ਨਾਲ ਪਹਿਲਾਂ ਜੀ ਸਾਡੇ ਘਰਾਂ 'ਚੋਂ ਮੁੰਡਿਆਂ ਨਾਲ ਉਹਨਾਂ ਦਾ ਵੀ ਸੀਗੀ ਲੜਾਈ ਝਗੜਾ, ਮੇਰਾ ਬੇਟਾ ਨਾਲ ਜਾਵੜਾ ਕੋਠੇ ਪਿੰਡ ਵੱਜਦੇ ਆ ਸਾਡੇ ਕਲੋਨੀਆਂ, ਕਲੋਨੀਆਂ 'ਚ ਜਾਂਦਾ ਰਿਹਾ, ਉਹ ਆਉਂਦੇ ਅਸੀਂ ਛੱਕ 'ਚ ਨਾਂ ਲਿਖਾਇਆ ਸੀ, ਮੇਰੀ ਬੇਟੀ ਨਾ ਇਸ ਨਾਂ ਕਿਉਂ ਇਹਨਾਂ ਨੇ ਦੁਸ਼ਮਣੀ ਕੱਢੀ ਮੇਰੀ ਬੇਟੀ 'ਤੇ, ਮੈਂ ਜਾ ਕੇ ਕਹਿਤਾ, ਮੈਂ ਕਿਹਾ ਮੇਰੇ ਬੇਟੇ ਦਾ ਨਾਂ ਕਿਉਂ ਤੁਸੀਂ ਲਿਆ, ਬੇਨਜਾ ਨਾਂ ਲਿਖਾਇਆ ਮੇਰੇ ਬੇਟੇ ਦਾ, ਕਿਉਂ ਲਿਖਾਇਆ ਤੁਸੀਂ, ਮੇਰੇ ਬੇਟੇ ਨੇ ਤਾਂ ਇਹ ਕੰਮ ਕਰ ਹੀ ਨਹੀਂ ਸਕਦਾ, ਇਹ ਆਉਂਦੇ ਵੀ ਕੋਈ ਨਹੀਂ ਤੇਰੇ ਬੇਟੇ ਨੂੰ ਤੜਕ, ਮੈਨੂੰ ਆਉਂਦੇ ਕੋਈ ਗੱਲ ਨਹੀਂ ਤੇਰੇ ਬੇਟੇ ਦਾ ਅਸੀਂ ਨਾਂ ਕਢਾ ਦਾਂਗੇ, ਅਸੀਂ ਵੀ ਗਲਤੀ 'ਚ ਨਾਂ ਲਿਖਾ ਬੈਠੇ, ਅਸੀਂ ਪਰਚਾ ਕਰਾ ਬੈਠੇ, ਮੇਰੀ ਬੇਟੀ 'ਚ ਇਹਨਾਂ ਨੇ, ਇਹ ਛੋਟੀ ਸੀ, ਵੱਡੀ ਨੂੰ ਕਹਿੰਦੇ ਵੱਡੀ ਤਾਂ ਉਹਨਾਂ ਨਾਲ ਹੱਥ ਜੋੜ ਵੀ ਲੈਂਦੀ ਜੀ, ਇਹ ਬੱਚੀ ਸੀਗੀ ਬਾਲਕ, ਇਹਨੂੰ ਕੋਈ ਇੰਨਾ ਨਹੀਂ ਸੀਗਾ ਪਤਾ, ਇਹਨੂੰ ਜੀ ਇਹਨਾਂ ਨੇ ਧਜਾ ਲਿਆ। ਹਾਂਜੀ, ਧਜਾ ਕੇ ਲੈ ਗਏ? ਹਾਂਜੀ, ਉੱਥੇ ਜਾ ਕੇ ਜ਼ਬਰਦਸਤ। ਹਾਂਜੀ, ਪਹਿਲੀ ਵਾਰੀ ਕੀਤੀ ਤੂੰ? ਪਹਿਲਾਂ ਤਾਂ ਨਹੀਂ ਕੀਤੀ। ਪਹਿਲਾਂ ਵੀ ਧਮਕੀ ਦੇ ਕੇ ਕਰਵਾਇਆ ਗਿਆ ਵੀ ਤੇਰੇ ਭਰਾ ਨੂੰ ਮਾਰ ਦਿੱਤਾ ਜਾਊਗਾ ਜੇ ਤੂੰ ਸਾਡੇ ਨਾਲ ਸਰੀਰਕ ਸੰਬੰਧ ਨਾ ਬਣਾਏ ਤਾਂ। ਅੱਛਾ, ਹਾਂਜੀ, ਪਹਿਲਾਂ ਕਿੰਨੀ ਵਾਰੀ ਭੈਣੇ ਬਣਾਏ? ਪਹਿਲਾਂ 8-9 ਵਾਰੀ ਬਣਾ ਚੁੱਕੇ ਆ, ਅਤੇ ਚਿੱਟੇ ਵਾਲਿਆਂ ਦੇ ਘਰ ਵੀ ਲਿਜਾਇਆ ਗਿਆ ਮੈਨੂੰ, ਉਹਨਾਂ ਦੇ ਘਰ ਕਿਹਾ ਵੀ ਕਿਸੇ ਨੂੰ ਕੁਛ ਨਹੀਂ ਦੱਸਣਾ ਵੀ ਅਸੀਂ ਕੌਣ ਲੱਗਦੇ ਹਾਂ, ਤੇਰੇ ਕੌਣ ਆ, ਬਸ ਇਕੱਲਾ ਐਂ ਕਹਿਣਾ ਵੀ ਅਸੀਂ ਤੈਨੂੰ ਕੰਮ 'ਤੇ ਲਵਾਇਆ, ਅਤੇ ਤੂੰ ਚਿੱਟੇ ਦਾ ਕੰਮ ਕਰਨ ਲੱਗ ਜਾ, ਚਿੱਟਾ ਵੇਚਣ ਲੱਗ ਜਾ ਸਾਡੇ ਨਾਲ। ਹਾਂਜੀ, ਸੱਸ ਬਿਮਾਰ ਸੀ ਜੀ, ਮੈਂ ਭੁੱਚੋ ਦਾਖਲ ਕੀਤੀ ਸੀ ਜੀ, ਮੈਨੂੰ ਤਾਂ ਘਰੇ ਐਂ ਨਹੀਂ ਪਤਾ ਸੀ ਵੀ ਮੇਰੀਆਂ ਬੇਟੀਆਂ ਘਰੇ ਆ ਕੇ ਕਿੱਥੇ ਆ, ਮੇਰੀ ਬੇਟੀ ਨੂੰ ਉੱਥੇ ਜਾ ਕੇ ਇਹਨਾਂ ਨੇ ਛੱਡਤਾ, ਸਾਨੂੰ ਘਰਦਿਆਂ ਨੂੰ ਕਿਸੇ ਨੂੰ ਪਤਾ ਨਹੀਂ ਸੀ ਕਿੱਥੇ ਛੱਡੀ ਕਿੱਥੇ ਨਾ ਛੱਡੀ, ਜਿੱਦੇ ਮੇਰੀ ਬੇਟੀ ਘਰੇ ਆਈ ਆ, ਮੇਰੀ ਬੇਟੀ ਨੂੰ ਉਹਦੇ ਇਹਨੇ
ਧਮਕੀਆਂ ਦੇ ਕੇ ਘਰੇ ਭੇਜੀ ਵੀ ਘਰੇ ਜੇ ਤੂੰ ਗੱਲ ਕੀਤੀ ਤੇ ਤੇਰੇ ਭਰਾ ਨੂੰ ਤੇਰੇ ਪਰਿਵਾਰ ਨੂੰ ਅਸੀਂ ਮੈਂ ਮੇਰੇ ਬੰਦੇ ਛੱਡੇ ਮੈਂ ਮਰਵਾਉਂਗਾ। ਮੇਰੀ ਬੇਟੀ ਨੇ ਡਰਦੀ ਨੇ ਦੱਸਿਆ ਨਹੀਂ ਜੀ, ਜਿੱਦੇ ਹੁਣ ਆਈ ਸੀ ਉਹਦੇ ਮੇਰੀ ਬੇਟੀ ਨੂੰ ਇਹਨਾਂ ਨੇ ਬੱਸ ਸਟੈਂਡ ਉੱਥੇ ਮੇਰੀ ਬੇਟੀ ਸੀਗੀ ਉੱਥੇ ਇਹਨੇ ਘੇਰ ਲਿਆ ਸੀਗਾ ਰਾਹਾਂ 'ਚ ਮੁੜ ਕੇ ਇੱਥੇ ਮੇਰੀ ਧੀ ਨੂੰ ਹੱਥੋਂ ਪਾਈ ਕਰਕੇ ਫਿਰ ਇਹਨਾਂ ਨੇ ਇਹ ਦੋਨਾਂ ਭਰਾਵਾਂ ਨੇ ਭੈਣ ਕੋਲ ਛੱਡ ਕੇ ਗਿਆ ਵਾ ਜੀ ਮਿੱਟੀ ਪੱਟੀ ਹੈ। ਭੈਣੇ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ? ਪਹਿਲਾਂ ਭਰਾ ਨੂੰ ਮਾਰਨ ਦੀ ਧਮਕੀ ਦਿੰਦੇ ਸੀ ਇਸ ਕਰਕੇ ਨਹੀਂ ਦੱਸਿਆ ਮੈਂ। ਭਰਾ ਛੋਟਾ? ਹਾਂਜੀ ਵੱਡਾ ਹੈ, ਮੇਰੇ ਤੋਂ ਵੱਡਾ ਹੈ 1 ਸਾਲ। ਹਾਂਜੀ ਉਹਨੂੰ ਮਾਰਨ ਦੀ ਧਮਕੀ ਹੈ। ਹਾਂਜੀ ਤਾਂ ਕਰਕੇ ਡਰਦੀ ਨੇ ਮੈਂ ਕੁਛ ਨਹੀਂ ਕਿਸੇ ਨੂੰ ਦੱਸਿਆ। ਹੁਣ ਪੁਲਿਸ ਕੀ ਕਹਿੰਦੀ ਹੁਣ ਤੁਸੀਂ ਜਾ ਕੇ ਆਏ? ਉਹ ਕੁਛ ਨਹੀਂ ਸੁਣ ਕਰ ਰਹੀ, ਬਸ ਕੱਲ੍ਹ ਪਰਸੋਂ ਆਏਂਗੇ ਅਸੀਂ, ਪਰਸੋਂ ਵੀ ਮੈਮ ਪਤਾ ਨਹੀਂ ਮੈਂ ਵੀ ਅਸੀਂ ਆਏ ਮੈਮ ਪਤਾ ਨਹੀਂ ਕਿੱਥੇ ਚਲੇ ਗਏ, ਉਦੋਂ ਬਾਅਦ ਆਉਂਦੇ ਮੈਮ ਛੁੱਟੀ 'ਤੇ ਆ ਨਹੀਂ ਆਉਂਦੇ ਮੈਮ, ਜਦੋਂ ਆਉਂਦੇ ਮੈਮ ਅਸੀਂ ਥਾਣੇ 'ਚ ਵੜਦੇ ਹਾਂ ਮੈਮ ਥਾਣੇ 'ਚੋਂ ਬਾਹਰ ਹੋ ਜਾਂਦੇ ਆ। ਸੁਣਵਾਈ ਨਹੀਂ ਕਰ ਰਹੀ? ਹਾਂਜੀ ਸੁਣਵਾਈ ਨਹੀਂ ਕਰ ਰਹੀ। ਤੁਹਾਡੀ ਕੀ ਮੰਗ ਹੈ ਜੀ ਹੁਣ? ਸਾਡੀ ਮੰਗ ਤਾਂ ਇਹੀ ਹੈ ਜੀ, ਸਜ਼ਾ ਹੋਣੀ ਚਾਹੀਦੀ ਦੋਨਾਂ ਭਾਈਆਂ ਨੂੰ ਜੀ। ਦੋਈਆਂ ਭਾਈਆਂ? ਹਾਂਜੀ ਜਿਹੜਾ ਪਰਚਾ ਰਹਿ ਗਿਆ ਉਹ ਤੇ ਹੋਣਾ ਚਾਹੀਦਾ। ਹਾਂਜੀ ਹਾਂਜੀ ਪਰਚਾ ਹੋਣਾ ਚਾਹੀਦਾ ਜੀ ਉਹਨਾਂ ਤੇ। ਠੀਕ ਹੈ। ਕੁੜੀ ਨਾਬਾਲਗ ਹੈ? ਹਾਂਜੀ ਕੁੜੀ ਮੇਰੀ ਛੋਟੀ ਬਾਲਕ ਹੈ ਜੀ। ਠੀਕ ਹੈ ਨਾਬਾਲਕ ਹੈ ਜੀ। ਤੇ ਕੀ ਲੱਗ ਕੀ ਲਿਆ, ਕੌਣ ਆ ਉਹ ਬੰਦੇ, ਕੀ ਪਿੱਛੇ ਤਾਕਤ ਆ ਉਹਨਾਂ ਦੀ, ਕੋਈ ਹੈ ਕੋਈ ਪੈਸੇ? MLA ਮਤਲਬ ਉਹਨਾਂ ਦੇ ਮਤਲਬ ਉਹਨਾਂ ਨੂੰ ਉਹ ਐਂ ਕਹਿੰਦੇ ਆ ਕਿ ਧਮਕੀ ਦਿੰਦੇ ਸੀ ਵੀ ਸਾਨੂੰ ਤਾਂ ਕੁਛ ਨਹੀਂ ਹੁੰਦਾ ਵੀ ਤੇਰੇ ਭਰਾ ਦਾ ਤੇਰੇ ਭਰਾ ਨੂੰ ਮਰਵਾ ਦਾਂਗੇ, ਵੀ ਸਾਡੇ ਪਿੱਛੇ ਤਾਂ MLA ਹੈਗਾ ਸਾਡੀ MLA ਸੁਣਦਾ ਗਾ ਵੀ ਸਾਨੂੰ ਤਾਂ ਉਹ ਕਢਵਾ ਲੂਗਾ ਵੀ ਤੁਸੀਂ ਫਸ ਜਾਓਗੇ ਵੀ ਤੇਰਾ ਭਰਾ ਮਰਵਾਇਆ ਜਾਓਗੇ ਜੇ ਤੂੰ ਕਿਸੇ ਨੂੰ ਵੀ ਕੁਛ ਦੱਸਿਆ। ਅੱਛਾ ਵੀ ਇਹ ਗੱਲ ਕੀ? ਇਹਨਾਂ ਦੋਨਾਂ ਭਰਾਵਾਂ ਦੇ ਨਾਮ ਇੱਕ ਅਮਰਤਪਾਲ ਸਿੰਘ ਹੈ ਇੱਕ ਧਰਮਿੰਦਰ ਸਿੰਘ ਹੈ। ਠੀਕ ਹਾਂਜੀ ਮਤਲਬ ਉਹਨਾਂ ਨੂੰ ਉਹ ਕਹਿ ਰਿਹਾ ਵੀ ਸਾਨੂੰ ਕੋਈ ਚੱਕਰ ਨਹੀਂ? ਹਾਂਜੀ ਸਾਨੂੰ ਕੋਈ ਚੱਕਰ ਨਹੀਂ ਵੀ ਸਾਨੂੰ MLA ਨੇ ਕਢਵਾ ਲੈਣਾ ਗਾ, ਮੈਨੂੰ ਅਮਰਤ ਸਿੰਘ ਕਹਿੰਦਾ ਮੈਨੂੰ ਤਾਂ MLA ਨੇ ਕਢਵਾ ਲੈਣਾ, MLA ਨਾਲ ਮੇਰੀ ਸਿੱਧੀ ਆ ਅਤੇ ਮੇਰੇ ਭਰਾ ਨੂੰ ਮੈਂ ਕਢਵਾ ਲੂੰਗਾ ਵੀ ਤੇਰਾ ਭਰਾ ਮਰ ਜੂਗਾ ਜੇ ਤੂੰ ਕਿਸੇ ਨੂੰ ਕੁਛ ਦੱਸਿਆ ਕੀਤਾ। ਹਾਂਜੀ ਹੁਣ ਤੁਹਾਨੂੰ ਇਹੀ ਹੈ ਵੀ ਇਨਸਾਫ਼ ਨਹੀਂ, ਇੱਕ ਬਹੁਤ ਔਖਾ ਹੁੰਦਾ ਮਤਲਬ ਇੱਕ ਧੀ ਨੂੰ ਇਸ ਹਾਲਤ ਵਿੱਚ ਥਾਣਿਆਂ 'ਚ ਲੈ ਕੇ ਤੁਰੇ ਫਿਰਨਾ ਜਾਂ ਇਹ ਘਟਨਾ ਵਾਪਰ ਜੇ ਤਾਂ ਮਤਲਬ ਸਮਾਜ 'ਚ ਵੀ ਇੱਕ ਸੱਟ ਵੱਜਦੀ ਹੈ ਕਿਤੇ ਨਾ ਕਿਤੇ, ਚਲੋ ਮਤਲਬ ਇਹਦਾ ਤਾਂ ਕਸੂਰ ਹੀ ਨਹੀਂ ਉਹਦੇ ਵਿੱਚ, ਪਰ ਇੱਕ ਮਾਂ 'ਤੇ ਬਹੁਤ ਵੱਡਾ ਦੁੱਖ ਵੀ ਇੱਦਾਂ। ਸਰ ਮੈਂ ਗੱਲ ਨਹੀਂ ਕਰ ਸਕਦੀ। ਭੈਣੇ ਜਿਹੜੇ ਆਹ ਜਿਵੇਂ ਤੁਸੀਂ ਨਾਲ ਆਏ ਹੋ ਇਹਨਾਂ ਦੇ, ਉਹਨੇ ਗ੍ਰਿਫਤਾਰੀ ਹੋਈ ਜਿਨ੍ਹਾਂ 'ਤੇ ਇਹਨਾਂ ਨੇ ਇਲਜ਼ਾਮ ਲਾਏ ਆ? ਜਿਹੜੇ ਨਹੀਂ ਜੀ ਗ੍ਰਿਫਤਾਰੀ ਵੀ ਨਹੀਂ ਹੋਈ ਨਾ ਰੇਡ ਹਜੇ ਤੱਕ ਮੈਡਮ ਨੇ ਇੱਕ ਵੀ ਨਹੀਂ ਕਰੀ ਜੀ। ਠੀਕ ਆ ਜਦੋਂ ਕੋਈ ਪਿੰਡ 'ਚ ਕੋਈ ਵੀ ਘਟਨਾ ਵਾਪਰਦੀ ਆ ਪਹਿਲਾਂ ਜਾਂਦੀ ਹੈ ਜੀ ਲੈ ਕੇ ਮੁਲਾਜ਼ਮ, ਅੱਜ ਕਿੰਨੇ ਦਿਨ ਹੋ ਗਏ ਜੀ ਇਸ ਕੁੜੀ ਨਾਲ ਘਟਨਾ ਵਾਪਰੀ ਨੂੰ, ਇੱਕ ਰੇਡ ਵੀ ਨਹੀਂ ਕਰੀ ਜੀ ਉਹਨਾਂ ਦੇ ਘਰੇ ਨੇ, ਕਿਸੇ ਮੈਂਬਰ ਨੂੰ ਵੀ ਨਹੀਂ ਜਾ ਕੇ ਧਮਕਾਇਆ ਵੀ ਇਹ ਤੁਸੀਂ ਕੰਮ ਮਾੜਾ ਕਰਿਆ ਜੀ। ਉਹ ਬੰਦੇ ਭੱਜੇ ਵੀ ਹੋਣਗੇ? ਨਹੀਂ ਜੀ ਘਰੇ ਹੀ ਆ ਜੀ। ਨਾਬਾਲਗ ਬੱਚੀ ਨਾਲ ਰੇਪ ਹੋਣਾ, ਪਰ ਹਾਲੇ ਤੱਕ ਮੁਲਜ਼ਮਾਂ ਦੇ ਮਨ 'ਚ ਕੋਈ ਡਰ ਨਹੀਂ? ਹਾਂਜੀ ਹਾਂਜੀ ਕੋਈ ਨਹੀਂ ਜੀ, ਕੋਈ ਸੁਣਵਾਈ ਨਹੀਂ ਜੀ ਸਾਡੀ, ਸਾਨੂੰ ਕਿੰਨੇ ਦਿਨ ਹੋ ਗਏ ਜੀ ਇੱਥੇ ਬਹਿੰਦਿਆਂ ਨੂੰ, ਮੈਡਮ ਨੇ ਸਾਡੀ ਕੋਈ ਸੁਣਵਾਈ ਨਹੀਂ ਕਰੀ, ਉੱਤੋਂ ਕੁੜੀ ਨੂੰ ਧਮਕਾ ਰਹੀ ਹੈ ਜੀ। ਡਰਾ ਰਹੇ? ਹਾਂਜੀ ਅਸੀਂ ਤਾਂ ਇਹੀ ਚਾਹੁੰਦੇ ਹਾਂ ਜੀ ਵੀ ਰੇਡ ਕਰੋ, ਉੱਥੇ ਜਾ ਕੇ ਬੰਦੇ ਤੁਸੀਂ ਫੜ ਕੇ ਲੈ ਕੇ ਆਓ, ਇਹ ਇੱਕ ਵੀ ਰੇਡ ਨਹੀਂ ਕਰੀ ਹਜੇ ਤੱਕ, ਇਹਨੇ ਜਾ ਕੇ ਨਾ ਕਿਸੇ ਨੂੰ ਵੀ ਭੇਜਿਆ ਜੀ, ਕੋਈ ਤਾਂ ਭੇਜੇ ਚੱਲ ਆਪ ਨਾ ਜਾਵੇ ਖੁਦ, ਕਿਸੇ ਨੇ ਤਾਂ ਭੇਜ ਕੇ ਬੰਦੇ ਗ੍ਰਿਫਤਾਰ ਕਰੇ। ਕਾਰਨ ਕੀ ਲੱਗਦਾ ਕਿਉਂ ਨਹੀਂ ਹੋ ਰਿਹਾ? ਕਾਰਨ ਜੀ ਇਹ ਪ੍ਰਭਾਵ ਕਹਿੰਦੇ ਆ ਵੀ MLA ਨੇ ਪਵਾਇਆ ਹੋਇਆ ਜੀ, ਉਹ ਕਹਿੰਦਾ ਮੇਰੀ MLA ਨਾਲ ਪੂਰੀ ਬਣਦੀ ਆ ਵੀ ਮੈਂ ਨਹੀਂ ਇਹਦੇ 'ਤੇ ਉਹ ਕਰ ਸਕਦਾ ਵੀ ਮੈਨੂੰ ਗ੍ਰਿਫਤਾਰ ਕਰ ਹੀ ਨਹੀਂ ਸਕਦੀ ਪੁਲਿਸ, MLA ਕਹਿੰਦਾ ਮੇਰੀ ਪੂਰੀ ਸਪੋਰਟ ਕਰਦਾ ਜੀ। ਹਾਂਜੀ ਪਹਿਲਾਂ ਵੀ ਇੱਕ ਚੱਕਰ ਹੋ ਗਿਆ ਸੀ ਜੀ ਆਂਢ ਗਵਾਂਢ ਦੇ ਨਾਤੇ ਹੀ, ਇਹਨੇ ਗਵਾਂਢ 'ਚ ਉਦੋਂ ਵੀ ਇੱਕ ਬੁੜੀ ਨੂੰ ਛੇੜਿਆ ਜੀ, ਉਦੋਂ ਵੀ ਨਹੀਂ ਕਿਸੇ ਨੇ ਇਹਦੀ ਸੁਣਵਾਈ ਕਰੀ, ਉਦੋਂ ਵੀ ਇਹਨੂੰ ਕੋਈ ਚੱਕਰ ਪੁਲਿਸ ਨੇ ਨਹੀਂ ਕਰਿਆ ਜੀ, ਹੁਣ ਇਹਨੇ ਦੂਜੀ ਘਟਨਾ ਫੇਰ ਕਰੀ ਹੈ ਦੋਵੇਂ ਭਰਾਵਾਂ ਨੇ ਜੀ, ਇਹ ਸੁਣਵਾਈ ਹੁਣ ਹੋਣੀ ਚਾਹੀਦੀ ਹੈ ਜੀ। ਹਾਂਜੀ ਹਾਂਜੀ ਕੋਈ ਗੱਲ ਨਹੀਂ ਸੁਣਦੀ, ਸਾਡਾ ਪਹਿਲਾਂ ਵੀ ਛੇੜਛਾੜ ਦਾ ਪਰਚਾ ਕੀਤਾ ਸੀ ਗੁਆਂਢਾਂ ਨਾਲ, ਸਾਡੇ ਘਰੇ ਆ ਕੇ ਛੇੜਛਾੜ ਕੀਤੀ ਸੀਗੀ, ਮੇਰੀ ਭੈਣ ਸੀਗੀ ਖੁਦ, ਇਹ ਸੱਚ ਉਹਨੇ ਕੁਛ ਵੀ ਨਹੀਂ ਕੀਤਾ ਸੀਗਾ, ਅਸਲ 'ਚ ਸਾਨੂੰ ਧਮਕੀਆਂ ਦਿੰਦੀ ਰਹਿੰਦੀ ਸੀਗੀ ਮੈਂ ਤੁਹਾਡੀਆਂ ਚੱਪਲਾਂ ਪਕਾ ਦੂੰ ਮੈਂ ਐਂ ਕਰਾ ਦੂੰਗੀ, ਇਹ ਐਸ ਨਾ ਇੱਥੋਂ SHO ਬਦਲਣੀ ਚਾਹੀਦੀ ਆ ਅਕਸਰ 'ਚ, ਗਰੀਬਾਂ ਲਈ ਇਹ ਜਮ੍ਹਾਂ ਵੀ ਨਹੀਂ ਕੁਛ ਕਰ ਸਕਦੀ ਗੀ। ਇਹ ਤਾਂ ਕਹਿੰਦੇ ਇਮਾਨਦਾਰ ਬਹੁਤ ਆ ਨਾ, ਜਮ੍ਹਾਂ ਨਹੀਂ ਇਮਾਨਦਾਰ, ਇਹ ਧੱਕਾਸ਼ਾਹੀ ਕਰਵਾਉਂਦੀ ਹੈ ਗਰੀਬਾਂ ਨਾਲ, ਜਿੰਨਾ ਵੀ ਕਰਵਾਉਂਦੀ ਨਾ ਹੱਦੋਂ ਜ਼ਿਆਦਾ ਕਰਵਾਉਂਦੀ, ਮੇਰੇ ਕੋਲ ਐਪਲੀਕੇਸ਼ਨਾਂ ਪਈਆਂ, ਮੇਰੇ ਕੋਲ ਵੀਡੀਓ ਪਈਆਂ, ਰਿਕਾਰਡਿੰਗਾਂ ਪਈਆਂ ਜਿੰਨੀਆਂ ਸਾਨੂੰ ਧਮਕੀਆਂ ਦਿੱਤੀਆਂ ਸੀ ਇਹਨਾਂ ਨੇ, ਸਾਡੇ ਘਰੇ ਰਾਤ ਨੂੰ ਦਿਨੇ ਦੁਪਹਿਰੇ ਜਾਂਦੇ ਸੀ, ਰਾਤ ਨੂੰ 9 ਵਜੇ ਜਾ ਕੇ ਛਾਪਾ ਮਾਰਦੇ ਸੀ, ਗਲਤੀ ਸਾਡੇ ਗੁਆਂਢੀਆਂ ਨਾਲ ਸਾਡਾ ਕੇਸ ਚੱਲਦਾ ਸੀਗਾ, ਉਹਨਾਂ ਨੂੰ ਇੱਕ ਵਾਰੀ ਵੀ ਨਹੀਂ ਇਹਨਾਂ ਨੇ ਪੇਸ਼ ਕੀਤਾ ਸੀਗਾ, ਵਾਰ ਦੀ ਵਾਰ ਉਹਨਾਂ ਦੀਆਂ ਜ਼ਮਾਨਤਾਂ ਕਰਾਂਗਾ, ਅਸੀਂ ਹਜੇ ਥਾਣਿਆਂ 'ਚ ਰੁਲਦੇ ਫਿਰਦੇ ਹਾਂ, ਹਜੇ ਕਚਹਿਰੀਆਂ 'ਚ ਰੁਲਦੇ ਫਿਰਦੇ, ਸਾਨੂੰ ਇਨਸਾਫ਼ ਨਹੀਂ ਮਿਲਿਆ, ਧੱਕੇ ਨਾਲ ਇਹਨੇ ਵਾਰੀ ਕਢਵਾਈ ਆ ਉੱਥੋਂ ਸਾਡੇ ਘਰ। ਹੁਣ ਇਹ ਕੁੜੀ ਦਾ ਕੀ ਮਸਲਾ ਰਹੇ? ਇਹ ਕੁੜੀ ਦਾ ਮਸਲਾ ਸੀ ਇਹਨੇ, ਇਹਨੂੰ ਵੀ ਇਨਸਾਫ਼ ਮਿਲੇ, ਪਰ SHO ਵੀ ਇੱਥੋਂ ਜਾਣੀ ਚਾਹੀਦੀ ਆ, ਸਾਨੂੰ ਵਧੀਆ ਕੋਈ ਸਾਡੀ ਗਰੀਬਾਂ ਦੀ ਮਦਦ ਕਰਨ ਲਈ ਆਵੇ, ਅਸੀਂ ਇਹੀ ਚਾਹੁੰਦੇ ਹਾਂ।
परिवार कह रहे कहते दो जने ने किया रेप एक दिता परचा जी अकॉर्डिंग ही होंगे जी ठीक है जी नहीं लड़की बयान दे ਬਿਲਕੁਲ ਬਿਆਨ ਦੇ ਮੁਤਾਬਕ ਹੀ ਹੋਣੀ ਸੀ ਜੋ ਉਹਨੇ ਬਿਆਨ ਲਿਖਾਇਆ ਪਾਸ ਹੈ ਕੁੜੀ ਨੌ ਪੜ੍ਹੀ ਹੈਗੀ ਹੈ ਉਹਦੇ ਬਾਅਦ ਭਰਾ ਦੀ ਹਾਲੇ ਵਿੱਚ ਬਿਆਨ ਦਿੱਤਾ